ਸਾਡਾ ਸੰਪਰਕ ਹਿੰਦੁਸਤਾਨ ਨਾਲ ਟੁੱਟ ਚੁੱਕਿਆ, ਬੇੜੀ ਨਹੀਂ ਪੈ ਰਹੀ। ਦੇਖੋ ਸਾਡੇ ਲੋਕਾਂ ਦੇ ਹਾਲਾਤ, ਦੇਖੋ ਲੋਕਾਂ ਦੇ ਹਾਲਾਤ, ਇਹ ਕਿਹਦਾ ਨਾ ਆਇਆ, ਅਸੀਂ ਕੀ ਕਰਾਂਗੇ, ਦੱਸੋ ਕਿੱਧਰ ਜਾਵਾਂਗੇ। ਬੇੜੀ ਉੱਧਰ ਦੇ ਬੰਦੇ ਉੱਧਰ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ, ਅਸੀਂ ਕਿਹਨੂੰ ਆਪਣਾ ਦੁੱਖ ਦੱਸੀਏ। ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ, ਸਰਕਾਰਾਂ ਨੇ ਸੁਣਨਾ ਵੀ ਨਹੀਂ। ਦੇਖੋ ਸੜਕਾਂ ਬਣੀਆਂ ਸੀਗੀਆਂ, ਹੁਣ ਸਪਾਰ ਬਣੇ ਸੀਗੇ, ਉਹ ਫਿਰ ਟੁੱਟ ਚੁੱਕੇ ਨੇ। ਸਰਕਾਰ ਅੱਗੇ ਹੀ ਸਾਡੀ ਦੁਹਾਈ ਦੇ ਰਿਹਾ ਸਰਕਾਰ ਨੂੰ ਵੀ ਸਾਨੂੰ ਵੀ ਯਾਦ ਕਰੋ, ਸਾਡੇ ਇੱਥੇ ਪੱਕੇ ਪੁਲ ਬਣਾਓ ਤਾਂ ਜੋ ਕਿ ਅਸੀਂ ਆਪਣੇ ਟਾਈਮ ਟੂ ਟਾਈਮ ਪਾਰ ਆ ਜਾ ਸਕੀਏ। ਰਾਵੀ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆ ਗਈ, ਕਿਉਂਕਿ ਰਾਵੀ ਦਾ ਪਾਣੀ ਲਗਾਤਾਰ ਵੱਧ ਰਿਹਾ, ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਕੌੜਾ ਪੱਤਣ ਤੇ ਰਾਵੀ ਦਰਿਆ ਦੇ ਵਿੱਚ ਮੁੜ ਪਾਣੀ ਦਾ ਪੱਧਰ ਵੱਧ ਗਿਆ। ਅੱਜ ਰਾਵੀ ਦਰਿਆ ਦੇ ਵਿੱਚ ਮੁੜ ਪਾਣੀ ਦਾ ਪੱਧਰ ਵਧਣ ਕਰਕੇ ਹਿੰਦੁਸਤਾਨ ਦੇ ਨਾਲੋਂ ਇੱਥੋਂ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ। ਰਾਵੀ ਦਰਿਆ ਦੇ ਪਰਲੇ ਪਾਸੇ ਰਹਿੰਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਵੀਡੀਓਜ਼ ਬਣਾਈਆਂ ਗਈਆਂ ਨੇ, ਜੋ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਸ਼ਖਸ ਸਾਫ਼ ਤੌਰ ਤੇ ਕਹਿੰਦਾ ਨਜ਼ਰ ਆ ਰਿਹਾ। ਔਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੇ ਕਰਕੇ ਇਸ ਤਰੀਕੇ ਦੇ ਹਾਲਾਤ ਆਏ ਸਾਲ ਬਣਦੇ ਨੇ, ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸਾਫ਼ ਤੌਰ ਤੇ ਨਜ਼ਰ ਆਈਆਂ ਨੇ, ਮਕੌੜਾ ਪੱਤਣ ਤੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਰਾਵੀ ਦਾ ਪਾਣੀ ਓਵਰਫਲੋ ਹੋ ਗਿਆ, ਲਗਾਤਾਰ ਵੱਧ ਰਿਹਾ, ਜਿਸ ਕਰਕੇ ਆਮ ਲੋਕਾਂ ਦਾ ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਹਿੰਦੁਸਤਾਨ ਦੇ ਨਾਲੋਂ ਇੱਥੋਂ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ। ਸਾਡਾ ਸੰਪਰਕ ਹਿੰਦੁਸਤਾਨ ਨਾਲ ਟੁੱਟ ਚੁੱਕਿਆ, ਬੇੜੀ ਨਹੀਂ ਪੈ ਰਹੀ। ਦੇਖੋ ਸਾਡੇ ਲੋਕਾਂ ਦੇ ਹਾਲਾਤ, ਦੇਖੋ ਲੋਕਾਂ ਦੇ ਹਾਲਾਤ, ਇਹ ਕਿਹਦਾ ਨਾ ਆਇਆ, ਅਸੀਂ ਕੀ ਕਰਾਂਗੇ, ਦੱਸੋ ਕਿੱਧਰ ਜਾਵਾਂਗੇ। ਬੇੜੀ ਉੱਧਰ ਦੇ ਬੰਦੇ ਉੱਧਰ ਰਹਿ ਗਏ, ਇੱਧਰ ਦੇ ਇੱਧਰ ਰਹਿ ਗਏ, ਅਸੀਂ ਕਿਹਨੂੰ ਆਪਣਾ ਦੁੱਖ ਦੱਸੀਏ। ਸਰਕਾਰਾਂ ਸਾਡੀਆਂ ਸੁਣਦੀਆਂ ਨਹੀਂ, ਸਰਕਾਰਾਂ ਨੇ ਸੁਣਨਾ ਵੀ ਨਹੀਂ। ਦੇਖੋ ਸੜਕਾਂ ਬਣੀਆਂ ਸੀਗੀਆਂ, ਹੁਣ ਸਪਾਰ ਬਣੇ ਸੀਗੇ, ਉਹ ਫਿਰ ਟੁੱਟ ਚੁੱਕੇ ਨੇ। ਸਰਕਾਰ ਅੱਗੇ ਹੀ ਸਾਡੀ ਦੁਹਾਈ ਦੇ ਰਿਹਾ ਸਰਕਾਰ ਨੂੰ ਵੀ ਸਾਨੂੰ ਵੀ ਯਾਦ ਕਰੋ, ਸਾਡੇ ਇੱਥੇ ਪੱਕੇ ਪੁਲ ਬਣਾਓ ਤਾਂ ਜੋ ਕਿ ਅਸੀਂ ਆਪਣੇ ਟਾਈਮ ਟੂ ਟਾਈਮ ਪਾਰ ਆ ਜਾ ਸਕੀਏ। ਰਾਵੀ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆ ਗਈ, ਕਿਉਂਕਿ ਰਾਵੀ ਦਾ ਪਾਣੀ ਲਗਾਤਾਰ ਵੱਧ ਰਿਹਾ, ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਕੌੜਾ ਪੱਤਣ ਤੇ ਰਾਵੀ ਦਰਿਆ ਦੇ ਵਿੱਚ ਮੁੜ ਪਾਣੀ ਦਾ ਪੱਧਰ ਵੱਧ ਗਿਆ। ਅੱਜ ਰਾਵੀ ਦਰਿਆ ਦੇ ਵਿੱਚ ਮੁੜ ਪਾਣੀ ਦਾ ਪੱਧਰ ਵਧਣ ਕਰਕੇ ਹਿੰਦੁਸਤਾਨ ਦੇ ਨਾਲੋਂ ਇੱਥੋਂ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ। ਰਾਵੀ ਦਰਿਆ ਦੇ ਪਰਲੇ ਪਾਸੇ ਰਹਿੰਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਵੀਡੀਓਜ਼ ਬਣਾਈਆਂ ਗਈਆਂ ਨੇ, ਜੋ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਚੁੱਕੀਆਂ ਨੇ, ਜਿਸ ਦੇ ਵਿੱਚ ਇੱਕ ਸ਼ਖਸ ਸਾਫ਼ ਤੌਰ ਤੇ ਕਹਿੰਦਾ ਨਜ਼ਰ ਆ ਰਿਹਾ। ਔਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ
ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੇ ਕਰਕੇ ਇਸ ਤਰੀਕੇ ਦੇ ਹਾਲਾਤ ਆਏ ਸਾਲ ਬਣਦੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਸਾਫ਼ ਤੌਰ 'ਤੇ ਨਜ਼ਰ ਆਈਆਂ ਨੇ, ਮਕੌੜਾ ਪੱਤਣ 'ਤੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਰਾਵੀ ਦਾ ਪਾਣੀ ਓਵਰਫਲੋ ਹੋ ਗਿਆ, ਲਗਾਤਾਰ ਵੱਧ ਰਿਹਾ, ਜਿਸ ਕਰਕੇ ਆਮ ਲੋਕਾਂ ਦਾ ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ। ਹਿੰਦੁਸਤਾਨ ਦੇ ਨਾਲੋਂ ਇੱਥੋਂ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ।